ਬਸ ਇਹਦੇ ਤੋਂ ਅੱਗੇ ਮੈਂ ਫੇਲ ਹੋ ਜਾਂਦੀ ਹਾਂ, ਹੁਣ ਮੈਨੂੰ ਇੱਥੇ ਰੱਖਣੀ ਪੈਣੀ ਹੈ। ਜਿਹੜੀ ਜੀ ਖਾਣੀ ਨੀ ਉਹ ਕਿਉਂ ਬਣਾਣੀ ਹੈ? ਗੱਲਾਂ ਦੇ ਨਾਲ ਹੱਥ ਵੀ ਹਿਲਾ ਲਿਆ ਮੈਂ, ਗੱਲਾਂ ਦੇ ਨਾਲ ਹੱਥ ਵੀ ਹਿਲ ਗੁੱਡ ਬਸ ਅਜੀਬ ਦੇਖੀ ਤੇਰੀ ਸੁਣ ਪਰ ਕੜੀ ਇਹ ਮੱਕੀ ਦੀ ਰੋਟੀ ਨਹੀਂ ਸੀ ਖਾਂਦੀ ਹੁੰਦੀ ਪਹਿਲਾਂ, ਇਹਦੀ ਸੱਸ ਨੇ ਇਹਨੂੰ ਬੁਝਾਇਆ ਤਲ ਤਲ ਕੇ ਰੋਟੀਆਂ ਖਾਣ। ਮੈਨੂੰ ਪਤਾ ਕੀ ਕਰ ਆਂਟੀ ਕੀ ਕਰਦੇ ਸੀ, ਮੰਮੀ ਕਣਕ ਦਾ ਆਟਾ ਲੈਣਾ ਨਾ 60% ਕਣਕ ਦਾ 40 ਮੱਕੀ ਦਾ ਮਿਕਸ ਕਰ ਦੇਣਾ, ਮੈਂ ਮੈਨੂੰ ਪਤਾ ਨਾ ਲੱਗਣਾ ਮੈਂ ਖਾਣੀ ਜਦੋਂ ਰੋਟੀ ਮੈਨੂੰ ਸਵਾਦ ਤਾਂ ਮਾੜਾ ਮਾੜਾ, ਮੈਂ ਕਿ ਯਾਰ ਕੁਛ ਤਾਂ ਗੜਬੜ ਆ ਵੀ ਕੁਛ ਆਟਾ ਮਿਕਸ ਜਿਹਾ ਹੈਗਾ ਆ ਵੀ ਪ੍ਰੋਪਰ ਕਣਕ ਦਾ ਲੱਗਦਾ ਨਹੀਂ, ਪੀਲਾ ਪੀਲਾ ਹੋ ਜਾਂਦਾ ਨਾ। ਫਿਰ ਬਾਅਦ 'ਚ ਜਦੋਂ ਮੈਂ ਖਾਣੀ ਸਟਾਰਟ ਕਰਤੀ ਰੋਟੀ ਫਿਰ ਮੰਮੀ ਨੇ ਦੱਸਿਆ ਮਿਕਸ ਕਰਦੀ ਆਟਾ। ਅਤੇ ਜਿਵੇਂ ਆਪਾਂ ਮੱਕੀ ਦੀ ਰੋਟੀ ਨੋਰਮਲੀ ਤਵੇ 'ਤੇ ਇੱਦਾਂ ਸੁੱਕੀ ਲਾ ਦਿੰਦੇ ਹਾਂ ਨਾ, ਮੰਮੀ ਨੇ ਤੇਲ ਲਾ ਲਾ ਕੇ ਕ੍ਰਿਸਪੀ ਹੋ ਜਾਂਦੀ ਆ ਉਹ ਦੇਣੀ ਸਟਾਰਟ। ਤੇ ਗੱਲਾਂ ਦੇ ਨਾਲ ਹੱਥ ਵੀ ਹਿਲਾ ਲਿਆ ਮੈਂ, ਗੱਲਾਂ ਦੇ ਨਾਲ ਹੱਥ ਵੀ ਹਿਲ ਵੇਟ ਕਰ ਰਹੇ। ਪਰ ਅੱਗ ਪਿੱਛੇ ਨੂੰ ਕਰੋ, ਇੱਧਰ ਪਏਗੀ ਥੱਲੜੇ ਵਾਲੀ। ਬਸ ਖੁਰਪੀ ਨਾਲ ਇੱਥੋਂ ਵੱਜੇਗੀ ਨਾ, ਨਹੀਂ ਤਾਂ ਔਖੇ ਹੋਊਗੀ। ਮੈਂ ਬਸ ਇਹਦੇ ਤੋਂ ਅੱਗੇ ਮੈਂ ਫੇਲ ਹੋ ਜਾਂਦੀ ਹਾਂ, ਹੁਣ ਮੈਨੂੰ ਇੱਥੇ ਰੱਖਣੀ ਪੈਣੀ ਹੈ। ਅਰੇ ਲਫਾਫਾ ਚਾਹੀਦਾ ਮੇਰੇ ਤੋਂ, ਬੰਨ ਹੀ ਨਹੀਂ ਉੱਥੇ ਹੈ ਲਫਾਫਾ ਚਾਹੀਦਾ, ਉੱਪਰ ਵੀ ਨਹੀਂ। ਤੂੰ ਕੀ ਕਰ, ਧੂਆ ਪੈ ਰਿਹਾ ਬੁੱਝ ਗਈ ਅੱਗ ਤੇ ਚੱਲਦੀ ਹੈ, ਚੱਲਦੀ ਪਈ ਅੱਗ ਤਾਂ। ਚਲੋ ਹੁਣ ਬੈਠੋ ਖਾਓ, ਉਹਨਾਂ ਨੇ ਮੈਂ ਖਾਣੀ ਨੀ, ਹੋਰ ਕਿਹਨੇ ਨੀ ਖਾਣੀ। ਇੱਕ ਹੀ ਤਾਂ ਬੰਦਾ ਜਿਹਦਾ ਹਮੇਸ਼ਾ ਅੱਡ ਹੀ ਰਹਿੰਦਾ ਸਿਸਟਮ।
ਜਿਹੜੀ ਜੀ ਖਾਣੀ ਨੀ ਉਹ ਕਿਉਂ ਬਣਾਉਣੀ ਆ? ਤੁਸੀਂ ਨੀ ਖਾਣੀ, ਬਾਕੀਆਂ ਨੇ ਤਾਂ ਖਾਣੀ ਆ। ਮੈਂ ਵੀ ਬਥੇਰੀਆਂ ਚੀਜ਼ਾਂ ਡੈਡੀ ਨੂੰ ਦੇਣਾ ਪਹਿਲਾਂ ਰੋਟੀ। ਕੈਸੀ ਬਣੀ ਰੋਟੀ? ਬਹੁਤ ਵਧੀਆ। ਕੈਮਰਾ ਬੰਦ ਕਰੋ, ਮੈਂ ਸਾਫ ਕੱਢਾਂ। I never really know what's going on. Look at me sometimes like all you want to do is run. ਉਹ ਕਿੱਥੇ?